ਮੰਮੀ ਕਿੱਥੇ ਚਲ ਗਏ ਆ ਮੰਮੀ ਵੀ ਇੱਥੇ ਕਿਤੇ ਹੋਣੇ ਆ ਮੈਂ ਕਹਿੰਦੀ ਕੱਪੜੇ ਜੋੜ ਦਿੰਦੇ ਤੇ ਵੀਜੀ ਤੁਸੀਂ ਵੀ ਆਪਣੇ ਕੱਪੜੇ ਦੇ ਦਿਓ ਮੈਨੂੰ ਤੇ ਮੈਂ ਲੱਗੀ ਧੋਣੇ ਪਾਉਣ ਮੇਰੇ ਤੇ ਮੰਮੀ ਕੋਈ ਵੀ ਨਹੀਂ ਗਾ ਉਹਦਾ ਪਾਇਆ ਸਵੇਰੇ ਪਾਇਆ ਚੰਗਾ ਭਲਾ ਇਹਨੂੰ ਕੀ ਹੋਇਆ ਨਹੀਂ ਜਿਹੜੇ ਉਹ ਲਾਏ ਆ ਕੰਮ ਵਾਲੇ ਉਹ ਬਾਥਰੂਮ 'ਚ ਪਏ ਚੱਲ ਠੀਕ ਮੈਂ ਧੋਣਾ ਆ ਮੰਮੀ ਆਉਂਦੇ ਆ ਤੇ ਜੋੜ ਦਿੰਦੇ ਆ ਪਤਾ ਨਹੀਂ ਕੀ ਲੱਗ ਗਿਆ ना किन्ने चिरां दे इत्थे पानी पाई जांदे आ गल जाणे बूटे आ सुकण दे गमले इन्हां नूं वी पा दो अग्गे ताई हो लगे लाया नूं उहनूं 600 रुपए दे फुल लवाए ते पानी किहने पाया नहीं ते तुसीं पाउणा तुसीं घरे रहिंदे आ आ मैं वेहला वा ना सनाह सनाह दित्ती जांदी बैठी वेहली वी ते मैं हुण वेहली रहिणा बाद च हुण टुट गई आ ते फिर की करां उदों बंदा नूं मारना पैंदा मम्मी कित्थे गई दीदी मम्मी आ सूट नहीं लैके आई जिहड़ा सोहना सी पिया लगदा नहीं मम्मी नूं नहीं पसंद आया फिर क्या लामा देण गई उहनूं आखणी मेरा वड्डा गला करता उहने हां हाय दस हुण स्याल ते आ गए कोटियां पै जाणियां पता तां हैगा मम्मी दे सुभाअ दा उहनूं बिलकुल परफेक्ट सूट चाहीदा थोड़ा बहुत वी इधर उधर हो जाए आप जो सींदी रही है गई मम्मी की दसां आ वेखण पईआं तुसीं कि हां सूट दा तां गला इत्थे तक बणाता उहने किते ਲੈ ਸਵਾਦ ਰਹਾ ਵੇ ਜੈਕਟ ਹੁਣ ਪਾਈ ਆ ਕਿਹੜਾ ਦਿਖਣਾ ਹੀਗਾ ਉਸੇ ਵੇਲੇ ਲਾਮਾ ਦੇਣ ਚਲ ਗਏ ਦਿਖਣ ਦੇ ਨਹੀਂ ਕਰ ਕਹਿੰਦੀ ਮੈਂ ਤੁਹਾਡੀ ਮੰਮੀ ਕੋ ਬਹੁਤ ਡਰਦੀ ਆ ਜਦੋਂ ਸੂਟ ਸੀਨਾ ਆਵੇ ਨੁਕਸ ਕੋਈ ਨਾ ਕੋਈ ਕੱਢਣਾ ਹੀ ਹੁੰਦਾ ਤੇ ਫੇ ਬਹੁਤ ਜਦ ਸਹੀ ਨਹੀਂ ਸੀ ਤਨ ਬੁਰਾ ਲੱਗਦਾ ਹੁਣ ਉਮਰ ਦੇ ਹਿਸਾਬ ਨਾਲ ਜਿਹੜੇ ਗਲੇ ਚੰਗੇ ਲੱਗਦੇ ਆ ਮੰਮੀ ਅਸਲ ਵਿੱਚ ਗੱਲ ਹੋਰ ਕੋਈ ਨਹੀਂ ਆ ਤੁਸੀਂ ਆਪ ਥਿੰਦੇ ਰਹੇ ਆ ਨਾ ਹੁਣ ਤੁਹਾਨੂੰ ਪਸੰਦ ਨਹੀਂ ਆਉਂਦੇ ਸਹੀ ਗੱਲ ਵਾ ਇਹ ਵੀ ਹੈ ਵਾ ਪਰ ਇਹ ਵੀ ਹੁਣ ਤੇ ਚੱਲ ਮੈਂ ਕੋਟੀ ਪਾ ਕੇ ਆ ਗਈ ਤੇ ਹੁਣ ਧੁੱਪੇ ਬਈਏ ਤੇ ਗਰਮੀ ਲੱਗਦੀ ਆ ਤੇ ਜਦੋਂ ਕੋਟੀ ਸਵੈਟਰ ਲਾਏਗਾ ਤੇ ਗਲਾ ਤੇ ਫੇ ਦਿਖੜਾ ਹੀ ਆ ਉਹ ਤੇ ਫੇ ਮੰਮੀ ਹੈਗਾ ਹੀ ਆ ਉਹਨੂੰ ਕਿ ਮਾੜਾ ਜਿਹਾ ਇੱਥੇ ਪੱਟੀਆਂ ਪੁੱਟੀਆਂ ਜੀਆਂ ਲਾ ਦੇ ਆਉਂਦੇ ਆ ਮੈਂ ਸਹੀ ਕਰ ਦਿੰਦੀ ਮੈਂ ਉਹ ਲੱਗੀ ਆ ਕੱਪੜੇ ਪਾਉਣ ਮਸ਼ੀਨ ਦੇ ਵਿੱਚ ਤੇ ਵੀਰ ਨੂੰ ਮੈਂ ਪੁੱਛਣ ਦੀ ਤੇ ਵੀਰ ਕਹਿੰਦੇ ਮੇਰਾ ਹੈ ਨਹੀਂ ਇਹ ਸੂਟ ਕੋਈ ਮੈਂ ਜਿਹੜੇ ਕੰਮ ਵਾਲੇ ਆ ਉਹ ਦੱਸ ਉਹ ਜਿਹੜੇ ਇੱਕ ਦੋ ਲਾ ਕੇ ਰੱਖੇ ਤੇ ਹੈਗੇ ਆ ਉਹਦਾ ਰਾਦਾ ਹੋਣਾ ਮੈਂ ਫੇਰ ਪਾ ਲੂੰਗਾ ਕਿਉਂ ਤੰਗੀ ਦੇਣੀ ਆ ਪਰ ਉਹ ਧੋਣ ਵਾਲੇ ਸਮੈਲ ਜੀ ਆਉਂਦੀ ਮੁੜ ਕੇ ਤੰਗੀ ਕਾਦੀ ਮਸ਼ੀਨ 'ਚ ਹੀ ਪਾਉਣੇ ਆ ਮੈਂ ਤੇ ਮੈਂ ਮਸ਼ੀਨ 'ਚ ਪਾ ਦੇਣੇ ਆ ਮੰਮੀ ਤੁਹਾਡਾ ਡੈਡੀ ਦੇ ਉੱਥੇ ਹੋਣੇ ਪੁੱਤ ਵੇਖ ਲੈ ਇੱਕ ਦੋ ਸੂਟ ਹੈਗਾ ਉੱਥੇ ਪਿਆ ਆ ਮੈਂ ਤੁਹਾਨੂੰ ਲੱਗੀ ਕੱਪੜੇ ਦੇਣ ਤੇ ਬੈਠੇ ਬੈਠੇ ਜੋੜ ਦਿਓ ਫਿਰ ਉੱਥੇ ਨਹੀਂ ਇੱਥੇ ਹੀ ਆਂ ਲੈ ਦੇ ਕਿੰਨੀਆਂ ਮੰਮੀ ਕਿੰਨੀਆਂ ਵਰਦੀਆਂ ਲਾ ਕੇ ਰੱਖੀਆਂ ਵਾ ਮੈਂ ਪੁੱਤ ਧੁਪਨੇ ਨਹੀਂ ਆ ਨਹੀਂ ਕੋਈ ਗੱਲ ਨਹੀਂ ਧੋਊਗੀ ਕਿ ਆਪੇ ਕਰਦੀ ਹੈ ਕੰਮ ਉਹ ਵੀ ਕਰੂਗੀ ਸਾਰਾ ਚੱਲ ਮੈਂ ਕਰਦੀ ਹੋਰ ਵੀ ਹੈਗੇ ਆ ਹੀ ਕੰਮ ਕਰ ਲਿਆ ਵਾ ਮੈਂ ਅੱਛਾ ਹਾਂ ਬਾਕੀ ਮੈਂ ਜੋੜ ਲਏ ਹੀਗੇ ਆ ਥੋੜੇ ਥੋੜੇ ਸਿੱਲੇ ਹੀਗੇ ਫਿਰ ਮੈਂ ਸੁੱਕਣੇ ਪਾਏ ਹੀ ਮੈਂ ਰਸੋਈ ਸਾਫ ਹੋ ਗਈ ਉਧਰ ਸਾਰਾ ਕੁਝ ਸਾਰਾ ਕੁਝ ਹੋ ਗਿਆ ਵਾ ਚੰਗਾ ਆ ਕਿ ਮੇਰੇ ਪੁੱਤ ਨੇ ਹੁਣ ਤੇ ਪੈਰਾਂ ਦੀ ਰੋਟੀ ਦਾ ਹੋ ਗਿਆ ਵਾ ਟਾਈਮ ਹੋ ਗਿਆ ਸ਼ੁਕਰ ਮਾਲਕ ਮੇਰੇ ਪੁੱਤ ਦੀ ਬੜੀਆਂ ਬੜੀਆਂ ਉਮਰਾਂ ਕਰੀ ਆ ਵੀ ਮੇਰੀ ਧੀ ਨੂੰ ਆਰਾਮ ਆ ਜੇ ਛੇ ਛੇਤੀ ਮੇਰਾ ਤਾਂ ਜੀ ਕਹਿੰਦਾ ਪੱਟੀ ਲਾ ਨਾ ਇਹ ਚ ਖੁਰਕ ਬੜੀ ਹੁੰਦੀ ਆ ਉਹ ਪੁੱਤ ਨੂੰ ਠੀਕ ਹੋਣ ਡਿਆ ਬੰਦਰੋਂ ਤਾਂ ਕਰਕੇ ਬਾਹਰ ਅੰਦਰੋਂ ਠੀਕ ਹੋਣ ਡਈ ਤਾਂ ਹੀ ਖਾਰਸ਼ ਹੁੰਦੀ ਆ ਤੇ ਹੁਣ ਕੋਈ ਨਹੀਂ ਇਦਾਂ ਦਾ ਹੱਥ ਫੇਰ ਲਈਦਾ ਹੁੰਦਾ ਵਾ ਮੇਰਾ ਇੰਨਾ ਜੀ ਕਾਲਾ ਪਿਆ ਵਾ ਨਾ ਤੇ ਵੀ ਜੀ ਕਹਿੰਦਾ ਮੈਂ ਪੱਟੀ ਲਾ ਕੇ ਖੁਰਕ ਲਾ ਹੁਣ ਜਾਣਾ ਵਖਾਲਣ ਅੱਜ ਮੰਮੀ ਵੇਖੋ ਹੁਣ ਕੀ ਪਤਾ ਅੱਜ ਪੱਟੀ ਲਾਉਂਦੇ ਕਿ ਨਹੀਂ ਦੁਬਾਰਾ ਨਹੀਂ ਕਰ ਦੇਣੀ ਉਹਨਾਂ ਨੇ ਕੀ ਪਤਾ ਬਾਬਾ ਕਿਰਪਾ ਕਰਦੇ ਤੇ ਰਾਮ ਆ ਹੀ ਜਾਵੇ ਮੇਰੇ ਪੁੱਤ ਨੂੰ ਵੀ ਤੇ ਦੋਵੇਂ ਭੈਣਾਂ ਜਿੱਦਾਂ ਅੱਗੇ ਕਰਦੀਆਂ ਕੰਮ ਇਦਾਂ ਹੀ ਨਾਲ ਮਿਲ ਕੇ ਕੰਮ ਕਰੋ ਜਾਣੇ ਆ ਵਖਾਲਣ ਵੇਖੋ ਕੀ ਕਰਦਾ ਮੈਂ ਤਾਂ ਕਹਿੰਦੀ ਲੱਥ ਜੂਗੀ ਤੇ ਸਗੋ ਚੰਗਾ ਆਹੋ ਕਿ ਨਹੀਂ ਜੀ ਕਾਲ ਕਿੱਦਾਂ ਆਉਂਦਾ ਵਾ ਸਾ ਹੁਣ ਸਿਰ ਨਵਾ ਲਿਆ ਸਵੇਰ ਦਾ ਮੰਤਰੀ ਨੇ ਕਿ ਜਾ ਆਪਣੇ ਹੱਥੀਂ ਨਹਾਉਣਾ ਧੋਣਾ ਕਿੰਨਾ ਚੰਗਾ ਲੱਗਦਾ ਵਾ ਹੋਰ ਮੰਮੀ ਆਪਣੇ ਹੱਥਾਂ ਨਾਲ ਤਾਂ ਵਧੀਆ ਨਹਾਤਾ ਜਾਂਦਾ ਵਾ ਜਿੰਨੇ ਵਿਚਾਈ ਨੇ ਮੈਂ ਕਿੰਨਾ ਕੋ ਦੱਸ ਦੱਸ ਕੇ ਆ ਸਿਰ ਕਿਤੇ ਵਾਲ ਭਾਰੇ ਹੋਣ ਕਰਕੇ ਬੜਾ ਔਖਾ ਵਾ ਨਾਲੇ ਧੋਣ ਥੱਕ ਗਈ ਹੁਣੀ ਇਦਾਂ ਕਰ ਕਰ ਜਦੋਂ ਨਹਾਤਾ ਵਾ ਮੰਮੀ ਮੇਰੀ ਧੋਣ ਤਾਂ ਇਦਾਂ ਵੀ ਥੱਕਣ ਦੀ ਆ ਆਪੇ ਕਿਦਾਂ ਆ ਬਾਹਾਂ ਦਾ ਹੀ ਭਾਰ ਇੰਨਾ ਲੱਗਣ ਡਿਆ ਚੱਲ ਕੋਈ ਨਹੀਂ ਪੁੱਤ ਹੁਣ ਟਾਈਮ ਔਖਾ ਸੌਖਾ ਕੱਢਣਾ ਹੀ ਪੈਣਾ ਵਾ ਕਿ ਕੀ ਕਰਨਾ ਵਾ ਮੰਮੀ ਹਾਂਜੀ ਸਾਰੇ ਉੜਦ ਖੁੜਦ ਕੱਪੜੇ ਪਾਏ ਆ ਵੇਲਾ ਸੁੱਕਣੇ ਉੱਦਾਂ ਤਾਂ ਚੱਲ ਕੋਈ ਨਹੀਂ ਕੰਮ ਕਰਨ ਡੀ ਆ ਪਰ ਮੇਰਾ ਜੀ ਕਹਿੰਦਾ ਮੈਂ ਆਪ ਕੱਪੜੇ ਸੁੱਕਣੇ ਪਾ ਗਿਆ ਵਾਂ ਉਹ ਝੱਗਾ ਉੱਥੇ ਪਾਤਾ ਵਾ ਪਜਾਮੀ ਉੱਥੇ ਪਾਤੀ ਆ ਅਤੇ ਤੁਹਾਨੂੰ ਪਤਾ ਨਾ ਮੈਂ ਕਿੰਨੇ ਸਵਾਰ ਸਵਾਰ ਕੱਪੜੇ ਪਾਉਂਦੀ ਹਾਂ ਜਿਹੜਾ ਬੰਦਾ ਸਵਾਰ ਕੇ ਕੰਮ ਕਰੇ ਨਾ ਉਹਨੂੰ ਆ ਉੜਦ ਖੁੜਦ ਕੰਮ ਨਹੀਂ ਚੰਗਾ ਲੱਗਦਾ ਉਹ ਚਾਦਰ ਸਾਰੀ ਇਕੱਠੀ ਕਰਦੇ ਇਹਨੂੰ ਵੱਟ ਪੈ ਜਾਣੇ ਆ ਕੋਈ ਨਹੀਂ ਪੁੱਤ ਹੁਣ ਉਹਦਾ ਸਾਰਾ ਕੀਤਾ ਕਿਰਾਇਆ ਕੁਝ ਪਾਉਣਾ ਵਾ ਉਦਣ ਦੀ ਤੈਨੂੰ ਸਾਂਭਣ ਰਹੀ ਆ ਹੁਣ ਸਾਰੀ ਦਿਹਾੜੀ ਕਿਤੇ ਉਹ ਇੱਦਾਂ ਹੀ ਤੁਰੀ ਫਿਰਦੀ ਅੰਦਰ ਬਾਹਰ ਕੰਮ ਕਰਦੇ ਲੀੜੇ ਧੋ ਆਇਆ ਗਿਆ ਸਾਂਭਦੀ ਆ ਅਜੇ ਹੁਣ ਤੇਰੀਆਂ ਤਾਈਆਂ ਹੋ ਕੇ ਗਈਆਂ ਚਾਹ ਪਾਣੀ ਪਿਆੜਿਆ ਅਜੇ ਮੇਰੇ ਹਿਸਾਬ ਨਾਲ ਭਾਂਡੇ ਆਖਣੀ ਮੈਂ ਰਸੋਈ ਸਾਫ਼ ਕਰ ਆਈ ਹਾਂ ਰਸੋਈ 'ਚੋਂ ਹੀ ਹੋ ਕੇ ਆਈ ਅਤੇ ਕੱਪੜੇ ਪਾਉਣ ਡੈ ਪਈ ਆ ਅਤੇ ਹੁਣ ਉਹਨੇ ਮਸ਼ੀਨ 'ਚ ਸੁਕਾਏ ਆ ਅਤੇ ਹਵਾ ਹੀ ਫਿਰਨੀ ਕਿੰਨਾ ਕੁ ਟਾਈਮ ਲੱਗਣਾ ਵਾ ਉਹਨੂੰ ਕਿਤੇ ਉਹ ਤਾਂ ਚੱਲ ਮੰਮੀ ਕੋਈ ਗੱਲ ਨਹੀਂ ਮੈਂ ਵੀ ਮੱਤ ਤੋਂ ਹੀ ਕਹਿਣ ਡਈ ਮੈਂ ਚੱਲ ਸੋਹਣੇ ਲੱਗਦੇ ਪਾਏ ਹਨਾ ਜਦੋਂ ਲੈਨ ਸਿਰ ਪਾਏ ਹੋਣ ਉਹ ਤਾਂ ਹੈ ਹੀ ਆ ਹੁਣ ਨਹੀਂ ਉਹਨੂੰ ਕੋਈ ਵੀ ਕਹਿਣਾ ਹੋਰ ਟੀ ਸ਼ਰਟ ਕਿਤੇ ਆ ਪਜਾਮਾ ਕਿਤੇ ਆ ਮਸ਼ੀਨ 'ਚ ਸੁੱਕ ਗਏ ਆ ਹਵਾ ਹੀ ਫਿਰਨੀ ਹੋਰ ਘੜੀ ਤੱਕ ਲਾ ਲੈਣੇ ਹੁਣੇ ਹੋਰ ਕੋਈ ਆ ਗਿਆ ਤੇਰਾ ਪਤਾ ਲੈਣ ਵਾਲਾ ਉਹਦਾ ਉੱਥੇ ਦਾ ਉੱਥੇ ਕੰਮ ਰੁਕ ਜਾਣਾ ਉਹਨੇ ਫਿਰ ਸੋਈ 'ਚ ਵੜ ਜਾਣਾ ਫਿਰ ਰੋਟੀ ਪਾਣੀ ਦਾ ਵੇਲਾ ਹੋ ਜਾਣਾ ਵਾ
ਉਦਾਂ ਮੈਂ ਉਹਨੂੰ ਬਾਅਦ 'ਚ ਕਹੂੰਗੀ ਵੀ ਇੱਦਾਂ ਕਰਕੇ ਪਾਇਆ ਕਰੋ, ਸੋਹਣੇ ਲੱਗਦੇ ਆ। ਜੇ ਨਾ ਹੋ ਤਾਂ ਤੂੰ ਠੀਕ ਜਦੋਂ ਹੋਣਾ ਤੂੰ ਕੱਪੜੇ ਧੋ ਲਿਆ ਕਰੀ ਅਤੇ ਉਹ ਹੋਰ ਕੋਈ ਕੰਮ ਕਰ ਲਿਆ ਕਰੂਗੀ। ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵਾ ਕੱਪੜੇ ਧੋਣ ਦੀ ਡਿੱਗੀ ਆ, ਨਹੀਂ ਤਾਂ ਮੈਂ ਤਾਂ ਆਪ ਬੜੇ ਵਧੀਆ ਧੋ ਲੈਂਦੀ ਹਾਂ। ਉਹ ਤਾਂ ਹੈ ਹੀ ਆ ਪੁੱਤ, ਹੁਣ ਕੰਮ ਫਿਰ ਵੀ ਕਰਨੇ ਪੈਣੇ ਮੁੜ ਕੇ ਕਿ ਸਾਰੇ ਕਰਨੇ ਪੈਣੇ ਆ ਹੌਲੀ ਹੌਲੀ। ਕੋਈ ਗੱਲ ਨਹੀਂ, ਰਲ ਮਿਲ ਕੇ ਟਾਈਮ ਪਾਸ ਕਰ। ਫੜੋ, ਇਹ ਵੀ ਸੁੱਕ ਗਿਆ, ਲਿਆ ਮੇਰਾ ਪੁੱਤ, ਇਹ ਵੀ ਲਾ ਦਿਓ, ਜੋੜ ਦਿਓ। ਹੁਣ ਜਿਹੜੇ ਤੂੰ ਧੋਣੇ ਆ ਤਾਂ ਮੈਂ ਸੁੱਕਣੇ ਪਾਈ ਜਾਂਦੀ ਹਾਂ, ਤੂੰ ਧੋ ਲਾ ਹੋਰ ਜਿਹੜੇ ਰਹਿੰਦੇ ਆ। ਹੁਣ ਆਹ ਹੋ ਗਏ ਆ ਨਾ ਸਾਰੇ, ਧੋ ਗਏ ਨਹੀਂ, ਭਾਜੀ ਦੇ ਪਾਉਣੇ ਆ ਹਜੇ। ਅੱਛਾ, ਤੇ ਤੁਹਾਡੇ ਤੇ ਡੈਡੀ ਦੇ ਪਾਉਣੇ ਆ। ਤੇ ਤੂੰ ਧੋ ਲਾ, ਮੈਂ ਪਾ ਦਾਂ ਸੁੱਕਣੇ ਨਾਲ ਕਿ ਨਹੀਂ? ਨਹੀਂ ਕੋਈ ਨਹੀਂ, ਮੈਂ ਪਾ ਲੈਣੇ। ਅੱਛਾ ਚੱਲ ਠੀਕ ਆ, ਮੇਰੇ ਕੋਲ ਕੰਮ ਕਰਦਿਆਂ ਤਾਂ ਨਹੀਂ ਲਿੱਸੇ ਹੋਈਦਾ, ਆਹ ਜਦੋਂ ਦੁੱਖ ਸੁੱਖ ਪੈਂਦਾ ਉਦੋਂ ਮੁਸ਼ਕਲ ਆਉਂਦੀ ਆ। ਵਾਹਿਗੁਰੂ। ਹਾਏ, ਮੈਂ ਤਾਂ ਨਾ ਅੱਜ ਥੱਕ ਹੀ ਗਈ ਹਾਂ, ਪਾਣੀ ਪਤਾ ਨਹੀਂ ਕਾਹਤੋਂ ਨਹੀਂ ਆਉਣ ਦਿਆ। ਮੈਨੂੰ ਲੱਗਦਾ ਟੈਂਕੀ ਖਤਮ ਹੋ ਗਈ ਆ, ਉਹ ਵੀ ਨਹੀਂ ਛੱਡੀ ਕਿਸੇ ਨੇ। ਚੱਲ ਮੈਂ ਉਹੀ ਛੱਡ ਕੇ ਆਵਾਂ, ਥੱਕ ਹੀ ਗਈ ਹਾਂ ਅੱਜ ਤਾਂ ਮੈਂ। ਇਹਦੇ ਵਿੱਚ ਗਰਮੀ ਜੀ ਲੱਗਣ ਡਈ ਕੋਟੀ ਵਿੱਚ। ਮੰਮੀ ਲਾ ਲਓ, ਗਰਮੀ ਨੂੰ ਧੁੱਪ ਕਿੰਨੀ ਲੱਗੀ ਆ। ਧੁੱਪ ਲੱਗਣ ਸਤਿ ਸ਼੍ਰੀ ਅਕਾਲ ਮੰਮੀ, ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਆਪੇ ਪਰ ਕੌਣ ਬਾਂਹਦਾ? ਠੀਕ ਆ, ਹੁਣ ਫੁਰਕ ਤਾਂ ਹੋਣ ਡੀ ਆ, ਮੈਨੂੰ ਲੱਗਦਾ ਠੀਕ ਹੋਣ ਡਿਆ। ਜਾਣਾ ਵਾ ਜੇ ਮੈਂ ਟੈਸਟ ਕਰਾ ਕੇ ਆਉਂਦੀ, ਭਲਾ ਕਿ ਇਹ ਹੁਣ ਪੱਟੀ ਲਾਉਣਗੇ ਕਿ ਨਹੀਂ। ਮੇਰਾ ਤਾਂ ਬੜਾ ਜੀ ਕਾਲਾ ਪਿਆ ਵਾ। ਮੰਮੀ ਮੈਨੂੰ ਭੁੱਖ ਬੜੀ ਲੱਗੀ, ਰੋਟੀ ਲਿਆ ਦੋ। ਇੰਨੀ ਭੁੱਖ ਲੱਗ ਗਈ ਮੇਰੇ ਪੁੱਤ ਨੂੰ ਅੱਜ? ਮੈਂ ਸਵੇਰੇ ਵੀ ਖਾ ਕੇ ਨਹੀਂ ਗਈ ਤੇ ਫਿਰ ਮੈਨੂੰ ਬਹੁਤ ਭੁੱਖ ਲੱਗੀ ਸਕੂਲੇ। ਚੱਲ ਮੈਂ ਆਪਣੇ ਪੁੱਤ ਨੂੰ ਲਾ ਕੇ ਦਿੰਦੀ ਰੋਟੀ ਹੁਣੇ ਹੀ ਕਿ ਪਰੌਂਠੀ ਖਾਣੀ ਕਿ ਰੋਟੀ ਖਾਣੀ ਆ? ਪਰੌਂਠੀ ਬਣਾ ਦੇ ਮੈਂ ਗਈ ਮੈਂ ਲੈ ਆਈ ਜਾ। ਸਤਿ ਸ਼੍ਰੀ ਅਕਾਲ। ਲੈ ਅੰਮਾ ਮੈਂ ਕਰਦੀ ਆ। ਪੁੱਤ ਰੋਟੀ ਮੰਗਣ ਡਈ ਭੈਣ, ਮੈਂ ਲਾ ਦਾਂ ਲੱਗੀ ਮੈਂ ਲਾਉਣ। ਹੁਣ ਸਾਰਿਆਂ ਦਾ ਟਾਈਮ ਤੇ ਹੋ ਹੀ ਗਿਆ ਵਾ। ਹਾਂ ਤੇ ਮੈਂ ਲੱਗੀ ਦੀਦਾ ਸਿਰ ਵਾਹਣ, ਤੇ ਆ ਇਦਾਂ ਕਰੋ ਤੁਸੀਂ ਫਿਰ ਪਾ ਦਿਓ ਰਬੜ ਜੀ ਮਾੜੀ ਜੀ, ਬਾਅਦ 'ਚ ਫਿਰ ਅਟਕਾਂ ਉਟਕਾਂ ਕਰ ਲੈਂਦੇ ਹਾਂ, ਦੀਦਾ ਤਾਂ ਟਾਈਮ ਬੜਾ ਲੱਗਣਾ ਅਟਕਾਂ ਨੂੰ। ਮਨਪ੍ਰੀਤ, ਹਾਂਜੀ ਡੈਡੀ ਜੀ, ਅੱਜ ਰੋਟੀ ਪਾਣੀ ਦਾ ਕੋਈ ਫਿਕਰ ਨਹੀਂਗਾ? ਨਹੀਂ ਡੈਡੀ ਜੀ, ਰੋਟੀ ਲੱਗੀ ਮੈਂ ਪਕਾਉਣ, ਅੰਮ੍ਰਿਤ ਆਈ ਸੀਗੀ ਨਾ, ਉਹ ਵੀ ਕਹਿੰਦੀ ਭੁੱਖ ਬੜੀ ਲੱਗੀ ਆ, ਤੇ ਮੈਂ ਤਾਂ ਬਾਹਰ ਕੱਪੜੇ ਧੋਣ ਡਈ ਸੀਗੀ। ਮੈਂ ਤਾਂ ਆਖਿਆ ਵੀ ਚੇਤਾ ਹੀ ਭੁੱਲ ਗਿਆ, ਬਾਹਰ ਤਾਂ ਤੁਸੀਂ ਗੱਲਾਂ ਨੋੜੀਆਂ ਡਈਆਂ। ਨਹੀਂ ਉਹ ਪਹਿਲਾਂ ਤਾਈਆਂ ਆਈਆਂ ਸੀਗੀਆਂ, ਹਾਂ, ਤੇ ਉਹਨਾਂ ਨੇ ਚਾਹ ਚੂਹ ਪਿਆਲੀ, ਉਹ ਗਏ, ਫਿਰ ਮੈਂ ਹਾਂ ਕੱਪੜੇ ਕੁਪੜੇ ਧੋ ਦਾਂ। ਮੰਮੀ ਤੇਰੀ ਵੀ ਬੜਾ ਗਿਆਨ ਦੇ ਗੱਲ 'ਚ ਰੱਸਾ ਪਾਉਣ ਡਈ, ਬੜੇ ਗਿਆਨ ਦੀਆਂ ਗੱਲਾਂ ਕਰਨ ਡਈ, ਤੇ ਮੈਨੂੰ ਇੱਥੇ ਸੁਣੀ ਜਾਂਦਾ। ਮੈਂ ਵੀ ਵੇਖ ਇਹਨਾਂ ਨੂੰ ਸਭ ਕੁਝ ਅੱਜ ਭੁੱਲਾ ਆਈ ਉਹ। ਤੇ ਨਹੀਂ ਬਸ, ਕਿੰਨਾ ਟਾਈਮ ਹੋ ਗਿਆ ਵਾ? ਟਾਈਮ ਤੇ 3 ਵਜ ਗਏ ਪੁੱਤ। ਹਾਂ ਰੇ, ਤੇ ਅਸੀਂ ਬਾਹਰ 2 ਹੀ ਵਜਾਏ ਆ ਫਿਰ। ਲੈ ਮੈਨੂੰ ਲੱਗਾ ਰੇ ਅਮਰਿਤ ਛੇਤੀ ਆ ਗਈ, ਕੰਮ ਧੰਦੇ 'ਚ ਪਤਾ ਨਹੀਂ ਲੱਗਾ ਟਾਈਮ। ਅੱਛਾ ਅੱਛਾ, ਚਲੋ ਕੋਈ ਨਹੀਂ, ਮੈਨੇ ਪਕਾਉਣੀ ਆ। ਕੋਈ ਨਹੀਂ ਕੋਈ ਨਹੀਂ, ਚੰਗਾ ਹੋਇਆ ਮੇਰੇ ਪੁੱਤਾਂ ਨੇ ਕੰਮ ਕਰ ਲਿਆ, ਵਧੀਆ ਹੋਇਆ। ਹਾਂਜੀ ਠੀਕ ਵਾ, ਕੱਪੜੇ ਕਿੰਨੇ ਇਕੱਠੇ ਹੋ ਗਏ ਸੀਗੇ ਨਾ। ਅੱਛਾ, ਤੇ ਉਹ ਫਿਰ ਸਾਰੇ ਧੋਤੇ ਤੇ ਮਸ਼ੀਨ, ਫਿਰ ਤੁਹਾਨੂੰ ਪਤਾ ਹੀ ਆ ਕਿੰਨਾ ਟਾਈਮ ਲਾ ਦਿੰਦੀ। ਚੱਲ ਕੋਈ ਨਹੀਂ, ਇਹ ਆ ਵੀ ਮੇਰੇ ਪੁੱਤ ਨੂੰ ਇਕੱਲੇ ਨੂੰ ਕੰਮ ਕਰਨਾ ਪੈਣ ਡਿਆ ਹੁਣ ਬਲਜੀਤ ਦਾ ਕਰਕੇ। ਚਲੋ ਕੋਈ ਨਹੀਂ, ਉਦਾਂ ਦੇ ਡੱਟ ਜੇ, ਪਰ ਉਦਾਂ ਨਾ ਮੈਨੂੰ ਇਦਾਂ ਲੱਗਦਾ ਹੁੰਦਾ ਸੀਗਾ ਵੀ ਉਦਾਂ ਸਾਨੂੰ ਵੰਡੇ ਆਉਂਦਾ ਕੰਮ ਆਉਂਦਾ ਹੁੰਦਾ ਸੀਗਾ, ਸਵੇਰੇ ਮੈਂ ਸਫਾਈ ਦਾ ਕਰ ਜਾਣਾ, ਦੀਦੀ ਨੇ ਬਾਕੀ ਜੋ ਕਰ ਲੈਣਾ, ਤੇ ਝੱਟ ਹੀ ਕੰਮ ਹੋ ਜਾਂਦਾ ਹੁੰਦਾ ਸੀ, ਵੇਲਾ ਮੈਂ ਡਿਊਟੀ ਵੀ ਚਲ ਜਾਂਦੀ ਸੀ। ਅੱਜ ਤੇ ਕੰਮ ਹੀ ਨਹੀਂ ਮੁੱਕਣ ਤੇ ਆਉਣ ਡਿਆ, ਮੈਂ ਇਹੋ ਸੋਚਣ ਦੀ ਵੀ ਕੰਮ ਮੁੱਕਦਾ ਹੀ ਨਹੀਂ ਹੈ, ਜੇ ਨਾ ਜਾਓ ਕਿਸੇ ਪਾਸੇ ਤੇ ਜੇ ਜਾਣਾ ਹੋਵੇ ਫਿਰ ਹੁੰਦਾ ਦਵਾ ਦਵਾ ਹੱਥ ਮਾਰ ਕੇ ਤੇ ਚਲ ਜਾਈਦਾ। ਤੇ ਇੱਦਾਂ ਹੀ ਕੋਈ ਨਹੀਂ ਪੁੱਤ, ਬਲਜੀਤ ਵੀ ਹੋ ਜਾਣਾ ਠੀਕ ਹੁਣ ਉਹਨੇ ਵੀ। ਹਾਂਜੀ, ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰੇ ਪੁੱਤਾਂ ਨੂੰ ਠੀਕ ਠਾਕ ਕਰ ਦੇ, ਉਹਨੂੰ ਵੀ ਰਾਜੀ ਬਾਜੀ ਰੱਖੇ। ਹਾਂਜੀ, ਤੇ ਬੜਾ ਮਨ ਨੂੰ ਚਾਅ ਜਿਹਾ ਚੜ੍ਹਦਾ ਕਿ ਜਿੱਦਾਂ ਘਰ ਦੇ ਵਿੱਚ ਤੁਸੀਂ ਇਕੱਠੀਆਂ ਐ ਮਿਲ ਜੁਲ ਕੇ ਕੰਮ ਕਰਦੀਆਂ ਨਾ, ਸਾਡੇ ਮਨ ਨੂੰ ਚਾਅ ਚੜ੍ਹਦਾ ਵਾ। ਹਾਂਜੀ, ਤੇ ਇਹ ਆ ਵੀ ਤੁਸੀਂ ਰਲ ਮਿਲ ਕੇ ਰਹਿਣਾ ਵਾ ਮੇਰੇ ਪੁੱਤਾਂ ਨੇ, ਤੇ ਚਾਅ ਹੁੰਦਾ ਮਨ ਨੂੰ, ਤੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ। ਇਹ ਵੀ ਸਾਡੇ ਮੂੰਹ ਦੇ ਪੁੱਤ ਸੀਸਾਂ ਹੀ ਨਿਕਲਣੀਆਂ, ਜਿੰਨੀਆਂ ਲੈ ਲਓ ਤੁਹਾਡੇ ਕਰਮਾਂ 'ਚ ਵਾ, ਤੁਸੀਂ ਲੈ ਸਕਦੀਆਂ ਵਾ। ਜਿੰਨੀਆਂ ਕੰਮ ਕਰੀ ਜਾਓ ਤੇ ਸੀਸਾਂ ਲਈ ਜਾਓ, ਸਾਡੇ ਕੋਲ ਵੀ ਲਓ ਤੇ ਬਾਹਰੋਂ ਲੋਕਾਂ ਕੋਲ ਵੀ ਲਓ ਸੀਸਾਂ, ਤੇ ਇਹ ਵੀ ਚੰਗੇ ਲੱਗੀਦਾ ਵਾ। ਇਕੱਠੇ ਮਿਲ ਕੇ ਬਈਏ, ਇਕੱਠੇ ਮਿਲ ਕੇ ਬਹਿ ਕੇ ਪ੍ਰਸ਼ਾਦਾ ਪਾਣੀ ਛਕੀਏ, ਤੇ ਉਹ ਪਰਮਾਤਮਾ ਉਹ ਘਰ ਵੱਸਦਾ ਜਿੱਥੇ ਏਕਾ ਵਾ।
ਜਿੱਥੇ ਏਕਾ ਵਾ ਨਾ ਸਾਰਿਆਂ ਦਾ ਉੱਥੇ ਪਰਮਾਤਮਾ ਵਸਦਾ। ਹਾਂਜੀ ਥੋੜੀਆਂ ਬਹੁਤੀਆਂ ਚੱਲ ਲਓ ਤੇ ਉਹਦੇ ਵਿੱਚ ਕੀ ਹੁੰਦਾ ਵਾ, ਉਹ ਤਾਂ ਕਰਨੀ ਕਿਹੜੀ ਗੱਲ ਆ, ਕਰਨੀ ਕਿਹੜੀ ਗੱਲ ਕਰਨੀ ਆਪਾਂ, ਜੇ ਹੁੰਦੀ ਵੀ ਆ ਕਿਸੇ ਨੂੰ ਲੱਗਦਾ ਵਾ ਵੀ ਉਹ ਗਲਤੀ ਕਰਨ ਡਿਆ ਵਾ ਇਦਾਂ ਉਦਾਂ, ਚਲੋ ਮਨ ਚ ਰੱਖ ਲਓ, ਜ਼ਰੂਰੀ ਤੇ ਨਹੀਂ ਆ ਬੋਲ ਕੇ ਦੱਸਣਾ, ਨਹੀਂ 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 ਬੋਲਣਾ ਨਹੀਂ ਗਾ ਪੁੱਤ, ਗਾੜੀ ਇੱਕ ਦੂਜੇ ਨੂੰ ਜਵਾਬ ਹੀ ਨਹੀਂ ਆਪਾਂ ਦੇਣਾਂਗੇ। ਹਾਂਜੀ ਇਹ ਕਿਹੜੀ ਗੱਲ ਆ, ਕਿਸੇ ਨੇ ਵੱਧ ਕੰਮ ਕਰ ਲਿਆ, ਕਿਸੇ ਨੇ ਘੱਟ ਕਰ ਲਿਆ ਤਾਂ ਕੀ ਆ, ਸਰੀਰ ਦਾ ਕਿਹੜਾ ਕਿਤੇ ਘਸਣ ਲੱਗਾ, ਨਾ ਨਾ ਇਹ ਤਾਂ ਸਭ ਵਰਜਿਸ਼ ਹੋਣ ਡਈ ਆ। ਹਾਂਜੀ ਹੁਣ ਤੇ ਲੋਕੀ ਬਿਲਕੁਲ ਹੀ ਰਹਿ ਗਏ ਆ ਕੰਮ ਕਰਨ ਤੋਂ, ਅੱਗੇ ਕਿੱਥੇ ਲੋਕਾਂ ਨੇ ਪੁਰਾਣੀਆਂ ਜਿਹੜੀਆਂ ਬੀਬੀਆਂ ਸੀ ਨਾ ਉਹਨਾਂ ਨੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਖੇਤਾਂ 'ਚ ਲੈ ਕੇ ਜਾਣਾ, ਮੁੜ ਕੇ ਚਾਹ ਲੈ ਕੇ ਜਾਣੀ, ਫਿਰ ਆਣ ਕੇ ਘਰ ਦਾ ਕੰਮ ਕਰਨਾ, ਥਾਂ ਕੂੜਾ ਵੀ ਹੁੰਝਣਾ ਤੇ ਉਹਦੇ ਨਾਲ ਥਾਪੀ ਨਾਲ ਲੀੜੇ ਵੀ ਕੁੱਟਣੇ, ਦੁੱਧ ਰਿੜਕਣਾ, ਕਿੰਨੀ ਵਰਜਿਸ਼ ਹੁੰਦੀ, ਨਲਕਾ ਗੇੜ ਗੇੜ ਕੇ ਪਾਣੀ ਕੱਢਣਾ, ਹੁਣ ਤੇ ਸੁੱਖ ਹੀ ਬੜੇ ਆ, ਬਹੁਤ ਸੁੱਖ, ਟੂਟੀਆਂ ਲੱਗੀਆਂ ਅੰਦਰ ਹੀ ਉੱਥੇ ਲੱਗ ਗਈ, ਤੁਹਾਡੇ ਸਿਰਾਣੇ ਹੀ ਮੰਨ ਲਓ ਟੂਟੀਆਂ ਲੱਗੀਆਂ, ਤੇ ਕੋਈ ਗੱਲ ਨੀ ਇਹੋ ਜੀ, ਹੁਣ ਤੇ ਮਾਲਕ ਨੇ ਬਾਬੇ ਨੇ ਸੁੱਖ ਬੜੇ ਦਿੱਤੇ ਆ, ਇਹ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਖ ਹੀ ਦਵੀ, ਮੇਰੀਆਂ ਤੇ ਇਹੋ ਅਰਦਾਸਾਂ ਬੇਨਤੀਆਂ, ਸੱਚੇ ਪਾਤਸ਼ਾਹ ਸਭ ਨੂੰ ਸੁੱਖ ਦੇ ਤੇ ਮੇਰੇ ਪੁੱਤਾਂ ਨੂੰ ਮੇਰੇ ਧੀਆਂ ਨੂੰ ਵੀ ਸੁੱਖ ਦੇਵੀ, ਤੇ ਚੱਲ ਵੇਖ ਬਣਾ ਫਿਰ ਮੇਰਾ ਪੁੱਤ, ਜੇ ਨਹੀਂ ਤਾਂ ਘੁੱਟ ਚਾਹ ਬਣਾ ਕੇ ਪਹਿਲੋਂ ਲੈ ਵੀ, ਨਹੀਂ ਤੇ ਨਹੀਂ ਨਾਲ ਹੀ ਮੈਂ ਕਰ ਦੇਣਾ, ਚੱਲ ਏਦਾਂ ਕਰ ਲਾ, ਚਾਹ ਨਾਲ ਹੀ ਪਰੌਂਠੇ ਬਣਾ ਲੈਣੇ ਆ ਤੇ ਉਹ ਚੱਲ ਗਈਆਂ, ਤਾਈ ਨਹੀਂ ਚੱਲ ਗਈਆਂ ਵਾ, ਹਾਂਜੀ ਉਹ ਕਦੋਂ ਦੀਆਂ ਚੱਲ ਗਈਆਂ, ਕੱਲ ਹੀ ਬੈਠੀਆਂ ਸੀਗੀਆਂ, ਚੱਲ ਕੋਈ ਨਹੀਂ, ਵਧੀਆ ਵਧੀਆ, ਚੰਗਾ ਪੁੱਤ ਬਣਾ ਲਿਆ। ਡੈਡੀ ਜੀ ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ, ਹਾਂ ਪੁੱਤ ਦੱਸ। ਡੈਡੀ ਜੀ ਮੈਂ ਕਹਿਣ ਡੀ ਕਿ ਹੁਣ ਮੈਂ ਲਾਸਟ ਈਅਰ ਆ ਤੇ ਮੇਰਾ ਕੰਪਲੀਟ ਹੋ ਚੱਲਾ ਸੈਸ਼ਨ ਤੇ ਮੈਂ ਨਾਲ ਹੀ ਐਮਐਸਸੀ ਚ ਐਡਮਿਸ਼ਨ ਲੈ ਲਾਂ। ਪੁੱਤ ਚਲੋ ਲੈ ਤੂੰ ਲਵੇਂ, ਪਰ ਸਾਡਾ ਮਨ ਵਾ ਵੀ ਹੁਣ ਕੋਈ ਵਧੀਆ ਘਰ ਲੱਭੀ ਇਹਦੇ, ਮੇਰਾ ਸਾਡਾ ਵੀ ਭਾਰਾ ਲੱਥੇ, ਤੇਰੇ ਵਾਸਤੇ ਕੋਈ ਵਧੀਆ ਘਰ ਲੱਭ ਜੇ ਤੇ ਵਿਆਹ ਕਰੀਏ। ਡੈਡ ਜੀ ਹਜੇ ਮੇਰੇ ਤੋਂ ਵੱਡੀਆਂ ਵੱਡੀਆਂ ਸਾਰੀਆਂ ਕੁਆਰੀਆਂ ਫਿਰਦੀਆਂ, ਮੈਂ ਕਿੱਥੇ ਵਿਆਹ ਕਰਾ ਲਾਂ, ਭਾਵੇਂ ਰਹਿੰਦੀਆਂ ਹੀ ਆ ਕੁਆਰੀਆਂ, ਕੁਛ ਵੀ ਆ ਜੋ ਵੀ ਆ, ਆਪਾਂ ਆਪਣੇ ਘਰ ਨਾਲ ਚੱਲਣਾ, ਆਪਾਂ ਕਿਸੇ ਨੂੰ ਥੋੜ੍ਹੀ ਕੁਛ ਕਹਿਣਾ। ਗੱਲ ਤੇ ਹਾਫ ਹੁੰਦੀ ਆ ਨਾ, ਅਸੀਂ ਇਹਨੇ ਵੀ ਚੱਲ ਕੋਈ ਨਾ ਕੋਈ ਚੰਗਾ ਵੇਖਾਂਗੇ, ਚੰਗਾ ਉਹ ਤੇ ਕਰਨਾ ਵਾ ਇੱਦਾਂ, ਬਾਕੀ ਇੱਕ ਮਿੰਟ ਹੋ ਰਿਹਾ ਪੁੱਤ, ਕਈ ਹੁਣ ਕੁੜੀਆਂ ਵੇਖੋ ਵਿਆਹੀਆਂ ਜਾਂਦੀਆਂ ਵਾ, ਵਿਆਹ ਤੋਂ ਬਾਅਦ ਵੀ ਪੜ੍ਹੀ ਜਾਂਦੀਆਂ ਵਾ, ਬੇਸ਼ੱਕ ਪੜ੍ਹੀ ਜਾਵੀਂ ਤੂੰ, ਫਿਰ ਇਹ ਵੀ ਸਾਡੇ ਮਨ 'ਤੇ ਥੋੜ੍ਹਾ ਜਿਹਾ ਬੋਝ ਆ ਨਾ ਕਿ ਮੇਰਾ ਪੁੱਤ ਸਾਡੇ ਜੀ ਦੇ। ਕੁਛ ਨਹੀਂ ਪੁੱਤ, ਇਹ ਤੇ ਅੰਮ੍ਰਿਤ ਦੇ ਵਿਆਹ ਬਾਰੇ ਡੇ ਆਖਣ, ਮੈਂ ਵੀ ਕੋਈ ਵਰਕਰ ਲੱਭ ਲਈਏ। ਭਾਬੀ ਮੈਂ ਤਾਂ ਕਹਿਣ ਡੀ, ਮੈਂ ਕਹਿਣ ਡੀ ਮੇਰਾ ਸੈਕਸ਼ਨ ਕੰਪਲੀਟ ਹੋ ਜਾਣਾ, ਮੈਂ ਨਾਲ ਐਡਮਿਸ਼ਨ ਲੈ ਲੈਣਾ ਅੱਗੇ ਨਾਲ। ਉਹ ਅੱਗੋਂ ਐਮ ਐਸ ਸੀ ਕਰ ਲਏ ਡੈਡ ਜੀ, ਹੁਣੇ ਵਿਆਹ ਕੇ ਕੀ ਕਰਨੀ ਆ, ਇਹ ਆ ਵੀ ਸਾਡਾ ਮਨ ਵੀ ਚੱਲ ਵਿਆਹ ਹੋ ਜੇ ਤੇ ਮੁੜ ਕੇ ਬੇਸ਼ੱਕ ਜਦੋਂ ਮਰਜ਼ੀ ਪੜ੍ਹੀ ਜਾਵੇ ਨਾਲ ਵੀ, ਕਦੋਂ ਏਦਾਂ ਹੀ ਆ, ਤੁਹਾਡੇ ਸਿਰ ਤੇ ਭਾਰ ਵਾ ਪੜ੍ਹਾਈ ਦਾ। ਮੰਮੀ ਦੱਸ ਭਾਰ ਵਾਲੀ ਕਿਹੜੀ ਗੱਲ ਵਾ, ਵੀਰ ਉਹਦੇ ਕਮਾਉਂਦੇ ਆ ਤੇ ਉਹ ਪੜ੍ਹਨ ਡੀ ਆ, ਪੜ੍ਹਨ ਦੇ ਵਿੱਚ ਉਹ ਲਾਇਕ ਵਾ ਤੇ ਚੱਲ ਪੜ੍ਹੀ ਜਾਵੇ, ਫਿਰ ਕੀ ਆ, ਸਾਨੂੰ ਕਾਹਦਾ ਭਾਰ ਵਾ। ਪੁੱਤ ਪੜ੍ਹਾਈ ਵੀ ਚਲੋ ਡਈ ਆ ਕਰਨ, ਹੁਣ ਜਦੋਂ ਵਿਆਹ ਮਾਰੇ ਤੈਨੂੰ ਪਤਾ ਅੱਜ ਕੱਲ੍ਹ ਕਿੰਨੇ ਖਰਚੇ ਆ, ਤੇ ਉਹ ਵੀ ਤੇ ਭਾਰ ਹੈਗਾ ਹੀ ਆ, ਇੱਕ ਭਾਰ ਨਹੀਂ ਨਾ ਬੜੇ ਭਾਰ ਵਾ ਸਿਰ ਤੇ। ਕੋਈ ਨੀ ਮੰਮੀ, ਉਹਨੇ ਆਪਣੀ ਕਿਸਮਤ ਲੈਣੀ। ਕਿਹਦਾ ਭਾਰ ਹੋ ਗਿਆ ਹੁਣ, ਆਜੋ ਆ ਗਿਆ, ਲੈ ਦਵਾਈ। ਹਾਂਜੀ ਖੋਲਤੀ ਹੈ ਪੱਟੀ ਉਹਨੇ। ਅੱਛਾ ਹਾਂਜੀ ਠੀਕ ਆ ਹੁਣ ਪੁੱਤ, ਆਂਦਾ ਠੀਕ ਵਾ ਹੁਣ, ਤੇ ਭਾਰਾ ਹੋਲਾ ਕੰਮ ਨਹੀਂ ਜ਼ਿਆਦਾ ਕਰਨਾ, ਹਾਂ ਤੇ ਮਾੜੀ ਜਿਹੀ ਮਾਲਸ਼ ਕਰਨੀ ਹੈ ਬਸ। ਮਾਲਕਾ ਤੇਰੇ ਮੈਂ ਕਿਹੜੇ ਕਿਹੜੇ ਗੁਣ ਗਾਵਾਂ, ਤੂੰ ਸਾਨੂੰ ਗਰੀਬਾਂ ਨੂੰ ਨਵਾਜਣ ਡਿਆ, ਤੇ ਧੰਨਵਾਦ ਤੇਰਾ। ਗੱਲਾਂ ਆ ਚੱਲਣ ਡੀਆਂ ਵੀ, ਮੈਂ ਖੰਡੇ ਅੰਮ੍ਰਿਤ ਦਾ ਕਹਿੰਦੇ ਵਿਆਹ ਕਰਦੀ ਹੈ ਉਹਦਾ, ਤੇ ਮੈਂ ਕਿਹਾ ਅੱਗੇ ਪੜਾ ਨੂੰ ਪੜਾਈ ਪੂਰੀ ਕਰਾ ਲਓ, ਨਹੀਂ ਜੇ ਉਹਨੇ ਪੜਨਾ ਤੇ ਪੜ ਲੇ ਜੀ ਹੋਰ ਨਹੀਂ। ਸਾਡਾ ਮਨ ਵੀ ਰਘਵੀਰ ਸਿੰਘ ਚੱਲ ਭਰ ਲੱਥੇ ਸਿਰ ਤੋਂ ਸਾਡੇ ਜੀਂਦੇ ਆ ਜੀ। ਚਲੋ ਡੈਡੀ ਜੀ ਜੇ ਉਹਦਾ ਮਨ ਵਾ ਨਾ ਤੇ ਉਹਨੂੰ ਪੜ ਲੈਣ ਦੋ, ਕੋਈ ਗੱਲ ਨਹੀਂ, ਲਾਇਕ ਹੈ ਪੜਨ ਚ, ਤੁਹਾਨੂੰ ਪਤਾ ਤਾਂ ਹੈਗਾ ਹੁਸ਼ਿਆਰ ਵਾ ਪੁੱਤ, ਤੁਹਾਡੇ ਸਿਰ ਤੇ ਭਾਰ ਵਾ, ਸਾਨੂੰ ਤੇ ਕੋਈ ਟੈਨਸ਼ਨ ਨਹੀਂ ਆ। ਉਹਨੇ ਮੰਮੀ ਸਾਨੂੰ ਕਰਾ ਭਾਰ ਵਾ, ਤੇ ਖਰਚਾ ਕਿੰਨਾ ਪੁੱਤ ਪੜਾਈਆਂ ਦਾ? ਉਹ ਮੰਮੀ ਕੋਈ ਗੱਲ ਨਹੀਂ, ਜੇ ਮੈਂ ਘੱਟ ਪੜਿਆ ਵਾ ਤੇ ਮੈਨੂੰ ਹੁੰਦਾ ਕਿ ਮੈਂ ਪੜ ਲੈਂਦਾ, ਤੇ ਤੇ ਕੱਲ ਨੂੰ ਵਿਆਹ ਕਰਨੇ ਆ, ਹੋਰ ਖਰਚੇ ਬੜੇ ਵੱਧ ਜਾਣੇ ਆ। ਮੰਮੀ ਇਹਦੀ ਕਿਸਮਤ ਇਹਦੇ ਨਾਲ, ਇਹ ਕੱਲੀ ਪੜਨ ਦੀ ਘਰ ਦੇ ਵਿੱਚ ਕੋਈ ਗੱਲ ਨਹੀਂ, ਬਾਅਦ ਚ ਪਛਤਾਵਾ ਲੱਗ ਜਾਂਦਾ ਹੁੰਦਾ ਨਿਆਣਿਆਂ ਨੂੰ, ਜੇ ਅਸੀਂ ਇਹਨਾਂ ਨੇ ਪੜਾਇਆ ਤਾਂ ਸਾਰੀ ਉਮਰ ਫਿਰ ਇਹਨੇ ਸਾਨੂੰ ਕਹਿੰਦੀ ਰਹਿਣਾ ਵੀ ਤੁਸੀਂ ਮੈਨੂੰ ਪੜਾਇਆ ਨਹੀਂ। ਵੀਰ ਜੀ ਮੈਂ ਤੇ ਅੱਗੇ ਵੀ ਇਹਨਾਂ ਨੂੰ ਸਮਝਾਈ ਜਾਂਦੀ ਆ ਕਿ ਜਮਾਨਾ ਪੜ੍ਹਾਈ ਦਾ ਵਾ, ਵੈਲਿਊ ਪੜ੍ਹਾਈ ਦੀ ਆ, ਪੜ੍ਹੀ ਹੋਊਗੀ ਤੇ ਫਿਰ ਹੀ ਕਾਮ ਬੱਚਿਆਂ ਨੂੰ ਪੜ੍ਹਾਊਗੀ। ਨਾਲੇ ਡੈਡੀ ਜੀ ਜੇ ਇੱਕ ਨੌ ਧੀ ਪੜ੍ਹ ਜੇ ਨਾ ਤਾਂ ਕੁਲ ਤਰ ਜਾਂਦੀ ਆ, ਜੇ ਇਹ ਪੜ੍ਹੀ ਹੋਈ ਤਾਂ ਗਾੜੀ ਪੜ੍ਹਾਉਣ ਵਾਲੀ ਜੇ ਬਣੂ ਕਿਸੇ ਨੂੰ, ਪੜ੍ਹਾਈ ਵਾਸਤੇ ਇਹ ਥੋੜ੍ਹੀ ਜਿਹੀ ਜ਼ਰੂਰੀ ਨੌਕਰੀ ਕਰਨੀ ਆ। ਅੱਜ ਕੱਲ੍ਹ ਸਾਰਾ ਕੁਝ ਹੈਗਾ ਔਨਲਾਈਨ ਹੋ ਗਿਆ ਵਾ, ਹੁਣ ਕਈ ਤਾਂ ਇੱਦਾਂ ਦੇ ਵੀ ਹੈਗੇ ਜਿਹੜੇ ਪੜ੍ਹੇ ਨੇਗੇ, ਆਇਆ ਘਰ ਦਾ ਬਿੱਲ ਹੋਵੇ ਤਾਂ ਕਹਿੰਦੇ ਗੰਨੇ ਦੀ ਪਰਚੀ ਹੈਗੀ ਆ, ਇਹ ਹੈ ਕਿ ਅਸੀਂ ਪੜ੍ਹਾਉਣਾ ਵਾ ਇਹਨੂੰ ਪੂਰਾ,
ठीक है चलो वेख लो पुत जिदा ताडी मर्जी आ पर ये भी मैं ये गल कहना चलो ताडे मन ना मैं गल ना मैं बिल्कुल सहमत हूँ पर भी नाल नाल ये हुण घर दा काम भी करना शुरू करे रोटियां पकाउणियां सब्जी बनाउणी हुंदी आ बगाने घर जाना वा सर्टिफिकेट वेखने हुंदे आ ਬਗਲੇ ਨੇ ਵੇਖਣਾ ਹੁੰਦਾ ਵਾ ਕਿ ਇਹਨੇ ਐਵੇਂ ਨਹੀਂ ਵਧਾਈ ਉਮਰ ਪੜ੍ਹ ਲਿਖ ਕੇ ਵਧਾਈ ਆ ਜਿਹੜਾ ਵੀ 70 ਸਾਲਾਂ ਦੀ ਹੋ ਗਈ ਆ ਮਾਂ ਬਾਈਆਂ ਕਿ 30 ਸਾਲਾਂ ਦੀ ਹੋਈ ਏ ਜੀ ਨਹੀਂ ਜਦੋਂ ਪੜ੍ਹਾਈ ਕਰਨੀ ਮੰਮੀ 26 27 ਸਾਲ ਤੇ ਉਮਰ ਆਮ ਨਾਲੇ ਹਜੇ ਨਹੀਂ ਅਸੀਂ ਮੇਰੀ 4 ਸਾਲ ਅਸੀਂ ਹੁਣ ਪਹਿਲਾਂ ਵਿਆਹ ਕਰਾ ਕੇ ਅਸੀਂ ਕਿਹੜਾ ਮੰਮੀ ਜੀ ਕੋ ਜ਼ਿਆਦਾ ਘਰ ਦਾ ਹੀ ਕੰਮ ਕਰੀ ਤਾਂ ਪੜ੍ਹ ਲਿਖ ਜਾਊਗੀ ਤੇ ਚੱਲ ਵਧੀਆ ਵਾ ਵੇਖ ਲਓ ਮੰਮੀ ਤੂੰ ਹੀ ਐਵੇਂ ਕਰੀ ਜਾਂਦੇ ਸੀ ਵੀਰ ਭਾਬੀ ਵੇਖ ਲਓ ਮੈਨੂੰ ਕਹਿੰਦੇ ਕਿ ਪੜ੍ਹ ਲਾ ਤੇ ਕੋਈ ਗੱਲ ਨਹੀਂ ਮੈਂ ਘਰ ਦੇ ਡੈਡੀ ਜੀ ਨਾਲ ਕੰਮ ਸਿੱਖ ਲੂੰਗੀ ਹਾਂ ਇਹ ਵੀ ਪੁੱਤ ਮੇਰਾ ਸਿੱਖੇਗੀ ਨਾ ਤੇ ਮਿੱਤੀ ਮੇਰੇ ਪੁੱਤ ਨੂੰ ਗਾੜੀ ਕੋਈ ਮੁਸ਼ਕਲ ਨਾ ਆਊਗੀ ਸਹੁਰੇ ਘਰ ਜਾ ਕੇ ਤੈਨੂੰ ਮੁਸ਼ਕਲ ਨਾ ਕੋਈ ਆਊਗੀ ਨਹੀਂ ਨਹੀਂ ਉਹ ਮੈਂ ਭਾਬੀ ਉਹਨਾਂ ਵੱਲੋਂ ਉਹ ਵੀ ਇਹ ਸਾਖਣਗੇ ਲੈ ਪਿਓ ਦੀਆਂ ਭਰਜਾਈਆਂ ਨੇ ਇਹਨੂੰ ਕੰਮ ਸਿਖਾ ਲਿਆ ਵਾ ਤਾਂ ਹੀ ਇਹਨੂੰ ਸਾਰਾ ਕੰਮ ਕਰਨਾ ਆਉਂਦਾ ਵਾ ਸਾਡੇ ਵੱਲੋਂ ਇਹੀ ਸਿੱਖਿਆ ਵਾ ਤੈਨੂੰ ਗਾ ਘਰ ਜਾ ਕੇ ਉੱਥੇ ਵੀ ਮਾਂ ਬਾਪ ਨੂੰ ਮਾਂ ਬਾਪ ਹੀ ਆਪਣਾ ਹੀ ਸਮਝਣੇ ਉਹ ਤੇ ਆਪਣੇ ਅਸਲੀ ਤੇਰੇ ਉਹ ਵਾ ਬਸ ਬਸ ਅਮਰਤ ਹੁਣ ਇਹੋ ਗੱਲ ਸਮਝ ਲਈ ਹੁਣ ਤੇਰੇ ਮੰਮੀ ਡੈਡੀ ਤੈਨੂੰ ਕਿੰਨਾ ਸਮਝਾਉਂਦੇ ਆ ਤੇ ਚਲੋ ਡੈਡੀ ਦੇ ਇਮਤਿਹਾਨਾਂ 'ਚ ਲੈ ਹੀ ਲੈਨੇ ਆ ਹੈ ਇਹਦਾ ਇਮਤਿਹਾਨ ਲੈ ਲੈਨੇ ਅੱਜ ਆ ਨਹੀਂ ਨਹੀਂ ਤਾਂ ਜਾ ਚਾਹ ਬਣਾ ਕੇ ਲਿਆ ਤੂੰ ਸਾਰਿਆਂ ਵਾਸਤੇ ਵੀ ਹੁਣੇ ਟੈਸਟ ਹੋ ਜਾਂਦਾ ਕਿ ਕਿੰਨੀ ਕੁ ਵਧੀਆ ਚਾਹ ਬਣਾਉਂਦੀ ਹੈ ਹਾਂ ਚਲੋ ਉੱਠੇ ਕੋਈ ਗੱਲ ਨਹੀਂ ਮੈਂ ਲੈ ਆਉਂਦੀ ਆਹ ਜਾ ਲਿਆ ਫਿਰ ਬਾਕੀ ਸਾਰਾ ਪਰਿਵਾਰ ਵੇਖਾ ਹੁਣ ਮਿਲ ਕੇ ਬੈਠੇ ਆ ਤੇ ਮਨ ਨੂੰ ਕਿੰਨਾ ਸਕੂਨ ਮਿਲਦਾ ਹਾਂਜੀ ਤੇ ਪਰਮਾਤਮਾ ਅੱਗੇ ਸਾਡੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਇਹੀ ਆ ਕਿ ਸੱਚੇ ਪਾਤਸ਼ਾਹ ਸਾਰੇ ਮਿਲ ਕੇ ਰਹਿਣ ਹੋਰ ਠੀਕ ਨਹੀਂ ਜਦੋਂ ਇਹਦੀ ਸੋਭਾ ਹੋਣੀ ਮੇਰੀਆਂ ਧੀਆਂ ਇਹਨਾਂ ਦੀ ਜਿਆਦੀ ਸੋਭਾ ਹੋਣੀ ਆ ਜਿਨ੍ਹਾਂ ਦੇ ਵਿੱਚ ਉਹਨੇ ਜਾਣਾ ਵਾ ਇਹਨਾਂ ਦੀ ਸਿੱਖਿਆ ਲੈ ਕੇ ਉਹਨੇ ਜਾਣਾ ਵਾ ਨਾ ਨਾਲੇ ਇਹਨਾਂ ਦੀ ਸੋਭਾ ਹੋਣੀ ਨਾਲੇ ਉਹਦੀ ਹੋਣੀ ਆ ਸੀਸਾਂ ਮਹਾਰਾਜ ਨੇ ਸਾਰਿਆਂ ਨੂੰ ਦੇਣੀਆਂ ਵਾ ਹਾਂ ਡੈਡੀ ਇਹੋ ਤੇ ਗੱਲ ਆ ਜਿੱਦਾਂ ਤੁਸੀਂ ਅੰਮ੍ਰਿਤ ਨੂੰ ਸਮਝਾਇਆ ਜੇ ਤੇ ਅੰਮ੍ਰਿਤ ਚੰਗੇ ਕੰਮ ਜਿੱਦਾਂ ਹੁਣ ਮੈਂ ਕਿਸੇ ਵੇਲੇ ਵਿਗੜੀ ਫਿਰਦੀ ਸੀ ਤੇ ਮੰਮੀ ਕੀ ਪਤਾ ਮੈਨੂੰ ਕਿਹਦੀਆਂ ਬਦ ਸੀਸਾਂ ਲੱਗ ਗਈਆਂ ਤੇ ਮੇਰੀ ਬਾਂਹ ਟੁੱਟ ਗਈ ਤੇ ਜੇ ਮੈਂ ਚੰਗੇ ਕੰਮ ਕੀਤੇ ਹੁੰਦੇ ਕੀ ਪਤਾ ਮੈਨੂੰ ਕਿਸੇ ਦੀਆਂ ਸੀਸਾਂ ਲੱਗ ਜਾਂਦੀਆਂ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਸਾਰਿਆਂ ਸੰਸਾਰ ਦਾ ਮਾਲਕ ਭਰਾ ਅਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ